ਉਹ ਸਾਰੇ ਕਹਿਣਗੇ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਮੈਂ ਮਜ਼ਹਬ ਸਾਹਿਬ ਉਮੀਦ ਕਰਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਜਿਹੜਾ ਨਾ ਅਨੀਬ ਕੱਲ੍ਹ ਸਕੂਲੇ ਨਹੀਂ ਗਿਆ ਕੱਲ੍ਹ ਰੋਣ ਲੱਗ ਪਈ ਦਾ ਜਿਹੜਾ ਹੁਣ ਕਹਿੰਦਾ ਦਾ ਜੀ ਅੱਜ ਬਾਅਦ ਛੁੱਟੀ ਕੱਲ੍ਹ ਮੈਂ ਤੁਰ ਜਾਵਾਂਗਾ ਅਤੇ ਕੱਲ੍ਹ ਉਹਨੇ ਛੁੱਟੀ ਕੀਤੀ ਅੱਜ ਫਿਰ ਮੁੰਡਾ ਮੂੰਹ ਬਣਾ ਕੇ ਬਹਿ ਗਿਆ ਅਨੀਬ ਉੱਤੇ ਤਾਂ ਵੇਖ ਇੱਧਰ ਵੇਖ ਇੱਧਰ ਵੇਖ ਇੱਧਰ ਵੇਖ ਟਰੱਕ ਉਹ ਸਾਡਾ ਭਾਈਆ ਟਰੱਕ ਇੱਧਰ ਵੇਖ ਅਨੀਬ ਅਨੀਬ ਇੱਧਰ ਤਾਂ ਵੇਖ ਚਾਹ ਤਾਂ ਜਗ੍ਹਾ ਮੈਂ ਕੀ ਲਿਆਂਦਾ ਜੀ ਆਹ ਹੁਣ ਕਿੰਨੀ ਛੇਤੀ ਵੇਖਿਆ ਤਾਂ ਤੂੰ ਕਰ ਸਕੂਲੇ ਕਿਉਂ ਜਾਂਦਾ ਦੱਸ ਦੱਸ ਸਕੂਲੇ ਕਿਉਂ ਜਾਂਦਾ ਹੈਂ ਪਤਾ ਨਹੀਂ ਕਹਿੰਦਾ ਪਤਾ ਨਹੀਂ ਕਿਉਂ ਜਾਂਦਾ ਸਕੂਲੇ ਕਿਉਂ ਜਾਂਦਾ ਦੱਸ ਹੈਂ ਅੰਮੀ ਕੱਲ ਛੱਡ ਕੇ ਆਏ ਤੈਨੂੰ ਕੱਲ ਕਿੰਨੇ ਆਖੇ ਛੁੱਟੀ ਕਰ ਮੈਂ ਤੈਨੂੰ ਛੱਡ ਕੇ ਆਉਣਾ ਨਾ ਅੰਮੀ ਕੱਲ ਛੱਡ ਕੇ ਆਉਣਗੇ ਚੱਲ ਉੱਠ ਇੱਧਰ ਆ ਸੇਫ ਫਰਾ ਦਾ ਬੈਗ ਬੈਗ ਫਰਾ ਦਾ ਇੱਧਰ ਫਰਾ ਉੱਥੇ ਕਹੋ ਮੈਂ ਫੰਡ ਛੱਡਣਾ ਤੈਨੂੰ ਮੇਰਾ ਪਤਾ ਹੀ ਨਹੀਂ ਮੈਂ ਗੁੱਸੇ ਦਾ ਕਿੰਨਾ ਠੰਡਾ ਉਹ ਕਿੰਨਾ ਪੈਰਾਂ ਫਾਰ ਬੈਗ ਅੱਗੇ ਲੱਗ ਅੱਗੇ ਲੱਗ ਅੰਮੀ ਵਾਲੇ ਦਬਾਉ ਹੀ ਨਹੀਂ ਦੇਣਾ ਹਾਏ ਕਾਕਾ ਮੇਰੇ ਕਿਹਦੀ ਘਰ ਬ੍ਰੇਕ ਲੱਗਦੀ ਹੈ ਨਾ ਤੇਰੀ ਉਸ ਖੰਭੇ ਕੋ ਬ੍ਰੇਕ ਲੱਗਦੀ ਹੁੰਦੀ ਸੀ ਉਹ ਹੁੰਦੀ ਸੀ ਤੁਸੀਂ ਹੋਰ ਮੈਨੂੰ ਤੁਸੀਂ ਦੇਖਣਾ ਤੁਹਾਨੂੰ ਮੱਲੇ ਵਾਲਾ ਦੱਸਣਾ ਆ ਕੇ ਤੁਸੀਂ ਹੇ ਬਹੁ ਖੰਭੇ ਕੋ ਗਲੋਤਾ ਜੇ ਉਹ ਤੂੰ ਕਿੱਧਰ ਇੱਧਰ ਨੂੰ ਕਾਕਾ ਇੱਧਰ ਨੂੰ ਮੈਂ ਮੈਨੂੰ ਬਤਰੀਆਂ ਚੰਡਾ ਚੁੰਡਾ ਪਈਆਂ ਤੇਰੇ ਮਾਰਨਾ ਤੇਰੀ ਤੈਨੂੰ ਛੱਡ ਕੇ ਆਵਾਂਗਾ ਅਨੀਬ ਆਹ ਦੱਸ ਪਈਏ ਫਰਲਾ ਭਾਈਆ ਫਰਲਾ ਮੇਰਾ ਬਾਈ ਤੂੰ ਚੁੱਕ ਲੈ ਜਾਗਾ ਤੈਨੂੰ ਮੈਂ ਸਕੂਲੇ ਸੁੱਟ ਗਿਆ ਵਾਂਗਾ ਉਹ ਸਾਰੇ ਕਹਿਣਗੇ ਮੇਰੇ ਨੀਬ ਕਹਿੰਦੇ ਰਹਿੰਦਾ ਉਹ ਟਰੱਕ ਕਿੰਨਾ ਦੀ ਭੇਜਣੀ ਸੁੱਟਣ ਆਇਆ ਉਹ ਦਾਰੇ 'ਚ ਫਿਰਨ ਡਿਆ ਅੱਡਾ ਵੱਡਾ ਟਰੱਕ ਅਬੂ ਜੀ ਕਿੰਨੇ ਸੁੱਟਣਾ ਮਿੱਟੀ ਬਜਰੀ ਉਹ ਮੈਂ ਕਹਿੰਦੇ ਉਹ ਬੱਚੀ ਹੋਣਾ ਘਰ ਸੁੱਟਣਾ ਜੀ ਆਂਟੀ ਘਾ ਲਓ ਘਾ ਉਹ ਕਿੱਡਾ ਵੱਡਾ ਟਰੱਕ ਹੀ ਅਬੂ ਉੱਥੇ ਤੁਰ ਕਿਵੇਂ ਗਿਆ ਚੱਲ ਤੁਰ ਦੱਸ ਨੀ ਮੁੰਡੇ ਨੂੰ ਹੁਣ ਮੈਂ ਆਖਿਆ ਆ ਤੈਨੂੰ ਬੰਦ ਲੈ ਕੇ ਦੇਣਾ ਕਹਿੰਦੇ ਚੱਲ ਤੁਰ ਪਾ ਚਲਾ ਬੰਦ ਲੈ ਕੇ ਦਾ ਫਿਰ ਸਕੂਲੇ ਜਾਣਾ ਮੇਰੇ ਭਰਾ ਨੇ ਆ ਜਾ ਜਦੋਂ ਅਸੀਂ ਨਿੱਕੇ ਹੁੰਦੇ ਹਾਂ ਨਾ ਸਾਡੇ ਨਾਲ ਜਿਹੜਾ ਵੀ ਸਾਨੂੰ ਛੱਡਣ ਜਾਂਦਾ ਸੀ ਨਾਲ ਚੰਡਾ ਵੀ ਮਾਰਦਾ ਸੀ ਇਹਦੀ ਕਿਸਮਤ ਚੰਗੀ ਨਹੀਂ ਮੈਂ ਚੰਡਾ ਨਹੀਂ ਮਾਰਦਾ ਮੈਂ ਅਸਲ 'ਚ ਮੈਂ ਗੁੱਸੇ ਦਾ ਬੜਾ ਗਰਮ ਹਾਂ ਬਸ ਹੁਣ ਜੀ ਅੱਜ ਗੁੱਸਾ ਨਹੀਂ ਚੜਿਆ ਮੈਨੂੰ ਹਨਾ ਨੀ ਮੈਨੂੰ ਗੁੱਸਾ ਨਹੀਂ ਨਾ ਚੜਿਆ ਇਹਨੂੰ ਮੈਂ ਚੀਜ਼ੀ ਲਾ ਕੇ ਦੇਣ ਲੱਗਾ ਮੁੰਡਾ ਮੇਰੇ ਨਾਲ ਦਾ ਰਾਣੋ ਵੇਖੀ ਦੌੜ ਲਾ ਉਹਨੂੰ ਮੈਂ ਆਖਿਆ ਦੌੜ ਲਾ ਕੇ ਲੈ ਜਿਹੜੀ ਚੀਜ਼ ਲੈਣੀ ਆ ਮੁੰਡਾ ਇੱਕ ਵਿਚਾਰ ਰੋਈ ਹੋਣ ਡੇ ਬੜੀ ਉੱਚੀ 'ਚ ਰੋਣ ਡਿਆ ਸੀ ਜਾਂਦੇ ਗੱਡੀ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਉਹਨੇ ਕਿਉਂ ਨਾ ਕੌਣ ਇੰਝ ਕਰਦਾ ਹੁੰਦਾ ਸੀ ਮੈਂ ਵੀ ਬੜਾ ਘਰ ਨਾ ਹੁੰਦਾ ਹਾਂ ਜਿੱਦਣ ਮੈਨੂੰ ਸਬਕ ਨਹੀਂ ਨਾ ਹੁੰਦਾ ਅਤੇ ਜਾਂ ਜਿੱਦਣ ਕੰਮ ਨਹੀਂ ਲੈ ਆਉਂਦਾ ਮੈਂ ਇੱਥੇ ਖਲੋੜ ਰਿਹਾ ਹੁੰਦਾ ਉਹ 'ਚ ਤੂੰ ਉਹ ਦੁਕਾਨ ਦੇ ਕੋਲ ਖੰਭਾ ਹੁੰਦਾ ਸੀ ਮੈਂ ਖੰਭੇ ਕੋਲ ਖਲੋ ਰਿਹਾ ਹੁੰਦਾ ਅਤੇ ਅੱਬੂ ਹੋਰਾਂ ਨੂੰ ਜਿਹਨੇ ਜਾ ਕੇ ਦੱਸਣਾ ਤੁਹਾਡਾ ਮੁੰਡਾ ਉੱਥੇ ਖਲੋਤਾ ਜੀ ਅੱਬੂ ਹੋਰਾਂ ਫਿਰ ਆਉਣਾ ਹੀਰੋ ਬਣ ਕੇ ਮੈਨੂੰ ਕੁੱਟ ਕੇ ਛੱਡ ਕੇ ਆਉਣਾ ਅੰਮੀ ਹੋਰੀ ਮੈਨੂੰ ਛੱਡ ਕੇ ਆਉਂਦੇ ਰਹੇ ਨੇ ਬੜਾ ਫੈਂਟਾ ਪੈਂਦਾ ਰਿਹਾ ਮੈਨੂੰ ਨਿੱਕੇ ਆਉਂਦੇ ਆ ਤੁਰ ਪੈ ਇਹਨੂੰ ਫੜ ਲਾ ਬਲਾਵਲ ਤੁਰ ਜਾ ਮਿਸਰ ਮੈਂ ਕੰਨ ਫੜਾ ਕੇ ਆਉਣੇ ਮਿਸਰ ਦੇ ਕੋਲ ਹਜੇ ਜਿਹੜਾ ਨਾ ਅਨੀਬ ਨੂੰ ਸਕੂਲੇ ਦਾਖਲ ਨਹੀਂ ਕਰਾਇਆ ਜਿਹੜਾ ਵੈਸੇ ਉਹਨੂੰ ਸਕੂਲੇ ਇਕੱਲੀ ਦਾ ਚਲੋ ਨਾ ਆਪਣੀ ਆਦਤ ਪੈ ਜਾਏਗੀ ਨਾ ਸਕੂਲੇ ਜਿਹੜਾ ਮਤਲਬ ਜਾਣ ਦੀ ਉਹਨਾਂ ਦੇ ਕੋਲ ਬੇ ਕਰੇਗਾ ਹਲੇ ਦਾਖਲ ਨਹੀਂ ਹੋਇਆ ਅਤੇ ਉਹ ਰੋਜ਼ ਹੀ ਨਖਰੇ ਕਰਦਾ ਕਦੀ ਕਹਿੰਦਾ ਮੈਂ ਨਹੀਂ ਜਾਣਾ ਕਦੀ ਕੁਛ ਹੁਣ ਉਹਨੂੰ 10 ਰੁਪਈਆਂ ਦਾ ਬੰਦ ਲੱਭ ਕੇ ਦੁਕਾਨੋਂ ਜਾ ਕੇ ਫਿਰ ਉਹਨੂੰ ਛੱਡ ਕੇ ਆਇਆ ਮੈਂ ਜਾ ਕੇ ਸਕੂਲੇ ਆ ਕੇ ਚੱਲ ਤੁਰ ਗਿਆ ਫਿਰ ਵਾਪਸ ਨਹੀਂ ਤੁਰ ਪਿਆ ਮੈਂ ਕਿਹਾ ਅੱਗੇ ਲੱਗੋ ਫਿਰ ਮੈਂ ਬਲਾਵਲ ਕੋਲ ਬਿਠਾਇਆ ਚੁੱਪ ਕਰ ਗਿਆ ਮਿਸਾਂ ਵੱਲ ਵੇਖ ਕੇ
ਇਹੀ ਅੱਜ ਵਲੋਗ ਨਿੱਕਾ ਦਾਰਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕੌਣ ਨਹੀਂ ਨਿੱਕੇ ਹੁੰਦੇ ਇੰਨੇ ਕਰਦਾ ਸੀ ਅਤੇ ਜਿਹੜੇ ਜਿਹੜੇ ਕਰਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਉਮੀਦ ਕਰਨਾ ਜ਼ਿਆਦਾ ਲੋਕ ਤੁਹਾਨੂੰ ਚੰਗਾ ਲੱਗਾ ਚੰਗਾ ਲੱਗਾ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ ਸਾਡਾ ਸਾਡਾ ਜ਼ਿਹਨ ਚੈਨਲ ਸਬਸਕ੍ਰਾਈਬ ਕਰ ਲਓ ਜ਼ਿੰਦਗੀ ਫਿਰ ਮਿਲਾਂਗੇ ਅਗਲੀ ਵੀਡੀਓ 'ਚ ਅੱਲਾ ਹਾਫਿਜ਼।